ਵਾਜੀ ਕੌਮ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਸੁਨੀਮਾਨ ਸਾਹਿਬ ਦਾ ਸਵਾਗਤ ਕਰਦਾ ਸਾਰੇ ਜਿਹੜੇ ਪੰਜਾਬ ਦੇ ਵਿੱਚ ਬਿਜਲੀ ਕੱਟਾਂ ਦੇ ਨਾਲ ਬੁਰਾ ਹਾਲ ਹੋਇਆ ਪਿਆ ਮੈਂ ਵੀ ਥੋੜ੍ਹਾ ਬਾਹਰ ਆਇਆ ਸੀ ਇੱਥੋਂ ਜਾ ਰਿਹਾ ਸੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਸਾਡਾ ਪੰਜਾਬ ਬੜਾ ਬਦਨਾਮ ਹੋ ਗਿਆ ਸੀ ਕਿ ਸਾਡੇ ਜਿਹੜੇ ਨੌਜਵਾਨ ਨਸ਼ੇ ਵਿੱਚ ਡੁੱਬ ਰਹੇ ਨੇ ਪਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਮੈਂ ਲੰਘ ਰਿਹਾ ਸੀ ਇਹ ਜਿਹੜੇ ਨੌਜਵਾਨ ਸਾਰੇ ਪ੍ਰੈਕਟਿਸ ਕਰ ਰਹੇ ਆ ਮੈਂ ਪਹਿਲਾਂ ਵੀ ਬਹੁਤ ਵਾਰ ਲੰਘਦਾ ਇਹਨਾਂ ਨੂੰ ਦੇਖਦਾ ਰਹਿਣਾ ਜਿੰਮ ਦੀ ਥੋੜ੍ਹੀ ਸਮੱਸਿਆ ਸੀਗੀ ਜਿਹੜਾ ਸ਼ਹਿਰ ਇੱਥੋਂ 20 ਕਿਲੋਮੀਟਰ ਲਗਭਗ ਦੂਰ ਪੈ ਜਾਂਦਾ ਜਿੰਮ ਜਾਣ ਦੀ ਇਹਨਾਂ ਨੂੰ ਸਮੱਸਿਆ ਸੀਗੀ ਪਿੰਡ ਦੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਇਸ ਪਿੰਡ ਦੇ ਜਿਹੜੇ ਦੋਵੇਂ ਸਰਪੰਚ ਆ ਜੀ ਸ਼ਲਾਘਾ ਕਰਦੇ ਵਧੀਆ ਕੰਮ ਕਰਵਾ ਰਹੇ ਆ ਜਿੰਮ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ 2-3 ਦਿਨਾਂ ਦੇ ਵਿੱਚ ਪ੍ਰਬੰਧ ਕਰਕੇ ਦੇਣਗੇ ਉਹਨਾਂ ਨੇ ਵੀ ਖੁਸ਼ੀ ਮਹਿਸੂਸ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋ ਰਹੇ ਨੇ ਆਪਣੇ ਸਰੀਰਕ ਪੱਖੋਂ ਵੀ ਜਿਹੜੇ ਠੀਕ ਨੇ ਨਸ਼ਿਆਂ ਤੋਂ ਦੂਰ ਨੇ ਤਾਂ ਗੱਲਬਾਤ ਕਰਦੇ ਇਹਨਾਂ ਦੇ ਨਾਲ ਇਹਨਾਂ ਦੀ ਕਿਵੇਂ ਇਸ ਲਾਈਨ ਦੇ ਵਿੱਚ ਰੁਚੀ ਹੈ ਕੀ ਅੱਗੇ ਜਾ ਕੇ ਕਰਨਾ ਚਾਹੁੰਦੇ ਆ ਇਹਨਾਂ ਅੱਜ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਡਾ ਨਾਮ ਅਮਿਤਪਾਲ ਸਿੰਘ ਤੁਸੀਂ ਮੈਨੂੰ ਜਾਣਕਾਰੀ ਦਿਓ ਤੁਸੀਂ ਇੱਥੇ ਪ੍ਰੈਕਟਿਸ ਕਰਦੇ ਹੋ ਪਹਿਲਾਂ ਵੀ ਦੇਖਿਆ ਬਹੁਤ ਖੁਸ਼ੀ ਦੀ ਗੱਲ ਹੈ ਤੁਸੀਂ ਸਰੀਰਕ ਪੱਖੋਂ ਠੀਕ ਹੋ ਨਸ਼ਿਆਂ ਤੋਂ ਦੂਰ ਹੋ ਕਿਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਦੇ ਹੋ ਕੀ ਤੁਸੀਂ ਇਸ ਵੱਲ ਕਿਵੇਂ ਤੁਹਾਡਾ ਰੁਝਾਨ ਆਇਆ ਪੂਰੀ ਜਾਣਕਾਰੀ ਪਹਿਲਾਂ ਤਾਂ ਜੀ ਮੈਂ ਤੁਹਾਡਾ ਸਵਾਗਤ ਕਰਦਾ ਜੀ ਇੱਥੇ ਆਉਣ ਤੋਂ ਸਾਡੀ ਗੱਲ ਕੈਮਰੇ ਸਾਹਮਣੇ ਰੱਖਾਂ ਜੀ ਅਤੇ ਸਾਡਾ ਮੇਨ ਮਕਸਦ ਤਾਂ ਜੀ ਫਿਟਨੈਸ ਹੈ ਜੀ ਜਿਵੇਂ ਸਾਡਾ ਪਿੰਡ ਜਿਵੇਂ ਨਸ਼ਿਆਂ ਦਾ ਉਹ ਕਹਿ ਦੇਣਗੇ ਵੀ ਆਹ ਬੈਲੀਆਂ ਦਾ ਇਹ ਨਸ਼ਿਆਂ ਦਾ ਪਿੰਡ ਕਹਿ ਦੇਣਗੇ ਵੀ ਇੱਧਰ ਪਿੰਡ 'ਚ ਵੀ ਨਸ਼ੇ ਬਹੁਤ ਨੇਗੇ ਵੀ ਮੇਰਾ ਇਹ ਉਹ ਹੈਗਾ ਮੰਨਣਾ ਹੈਗਾ ਵੀ ਆਪਾਂ ਕਿਉਂ ਨਾ ਆਪਾਂ ਆਪਣੇ ਪਿੰਡ ਦਾ ਉੱਪਰ ਕਰੀਏ ਵੀ ਆਪਾਂ ਨੂੰ ਜਿਵੇਂ ਨਸ਼ਿਆਂ ਦੇ ਉੱਥੇ ਜਾਣਦੇ ਨੇ ਵੀ ਆਪਾਂ ਨੂੰ ਇੱਦਾਂ ਜਾਣਨ ਵੀ ਲੋਕ ਵੀ ਆਹ ਪਿੰਡ 'ਚ ਮੁੰਡੇ ਉੱਥੇ ਉੱਠੇਣਗੇ ਕੁਛ ਨਾ ਕੁਛ ਅਲੱਗ ਕਰ ਰਹੇ ਨੇ ਦੁਨੀਆ 'ਚ ਅਤੇ ਮੇਰਾ ਮੰਨਣਾ ਇਹ ਆ ਵੀ ਸਾਡੇ ਪਿੰਡ ਜਿਵੇਂ ਸਾਡੇ ਕੋਲ ਕੁਛ ਨਹੀਂ ਵੀ ਅਸੀਂ ਜਿੰਮ ਦਾ ਸਾਨੂੰ ਦਿੱਕਤ ਆਉਂਦੀ ਹੈ ਵੀ ਸਾਡੇ ਪਿੰਡ ਸ਼ਹਿਰ ਦੂਰ ਪੈ ਜਾਂਦਾ ਥੋੜ੍ਹਾ ਜਿਹਾ ਲਾਗੇ ਤਾਗੇ ਕੋਈ ਜਿੰਮ ਨਹੀਂ ਹੈਗੀ ਅਸੀਂ ਮੰਨ ਕੇ ਚੱਲ ਮੈਂ ਵੀਰੇ ਘਰੇ ਨਾ ਇੱਟਾਂ ਨਾਲ ਉਹ ਕਰਦਾ ਰਿਹਾਗਾ ਵੀ ਵਰਕਆਊਟ ਕਰ ਲੈਣਾ ਪੁਸ਼ਅਪ ਹੋ ਗਏ ਜਿਵੇਂ ਅਤੇ ਨਵੀਆਂ ਨਵੀਆਂ ਸਕਿੱਲ ਹੋ ਗਈਆਂ ਅਤੇ ਕੈਲਿਸਥੈਨਿਕ ਹੋ ਗਈ ਵਗੈਰਾ ਥੋੜ੍ਹੀ ਮੋਟੀ ਆਪਾਂ ਘਰੇ ਡੇਲੀ ਮੈਂ ਪ੍ਰੈਕਟਿਸ ਜੁਗਾੜ ਲਾ ਕੇ ਜਿਹੜੇ ਆਪਣੀ ਜਿੰਮ ਤਿਆਰ ਕਰਦੇ ਹਾਂਜੀ ਹਾਂਜੀ ਹਾਂ ਤੁਸੀਂ ਪ੍ਰੈਕਟਿਸ ਕਰਦੇ ਹੋ ਕਿੰਨੇ ਕੀ ਤੁਹਾਡਾ ਇਹਦਾ ਰੂਟੀਨ ਕੀ ਹੈ ਕਿਵੇਂ ਪ੍ਰੈਕਟਿਸ ਕਰਦੇ ਹੋ ਕਿਸ ਕਿਸ ਟਾਈਮ ਆਉਂਦੇ ਵੀਰੇ ਮੈਂ ਤੜਕੇ ਤਾਂ ਵੀਰੇ ਮੈਂ ਜਿੰਮ ਕਰਦਾ ਗਾ ਘਰੇ ਮਤਲਬ ਕਿ ਪਹਿਲਾਂ ਅਸੀਂ ਜਿੰਮ ਜਾਂਦੇ ਹੁੰਦੇ ਸੀਗੇ ਮਤਲਬ ਡੇਲੀ ਜਾਣਾ ਔਖਾ ਗਾ ਹੁਣ ਅਸੀਂ ਮਤਲਬ ਕਿ ਜਾਂਦੇ ਨਹੀਂ ਹੁਣ ਮੈਂ ਘਰੇ ਡੇਲੀ ਵਰਕਆਊਟ ਕਰਦਾ ਤੜਕੇ ਜਿੰਮ ਵਗੈਰਾ ਮਤਲਬ ਕਿ ਆਥਣੇ ਅਸੀਂ 8-9 ਕਿਲੋਮੀਟਰ ਡੇਲੀ ਇੱਧਰ ਆਪਣਾ ਸੂਏ ਸੂਏ ਅਸੀਂ ਭੱਜਣ ਆਉਂਦੇ ਹਾਂ ਜੀ ਅਤੇ ਇੱਥੇ ਅਸੀਂ ਮੁੰਡੇ ਨੂੰ ਐਕਸਰਸਾਈਜ਼ ਲਵਾਉਂਦੇ ਹਾਂਗੇ ਅਤੇ ਵਧੀਆ ਇੱਥੇ ਮਿਹਨਤ ਕਰਦੇ ਹਾਂ ਮਤਲਬ ਕਿ ਤੁਸੀਂ ਕਿੱਥੋਂ ਉਤਸ਼ਾਹਿਤ ਕਿਵੇਂ ਹੋਏ ਸੀ ਇਸ ਵੱਲ ਤੁਹਾਡਾ ਰੁਝਾਨ ਕਿਵੇਂ ਬਣਿਆ ਰੁਝਾਨ ਤਾਂ ਵੀਰੇ ਦੇਖੋ ਆਪਾਂ ਨੂੰ ਸਾਡੇ ਪਿੰਡ ਜਿਵੇਂ ਆਪਾਂ ਤੁਹਾਨੂੰ ਮੈਂ ਦੱਸਿਆ ਨਾ ਨਸ਼ਿਆਂ ਦੀ ਉਹ ਹੈਗੀ ਵੀ ਸਭ ਲੋਕ ਵੀ ਇੱਦਾਂ ਹੀ ਨਸ਼ਿਆਂ ਵੱਲ ਜਾ ਰਹੇ ਨੇਗੇ ਵੀ ਕੋਈ ਕੁਛ ਕਰ ਰਿਹਾ ਕੋਈ ਮੈਂ ਇੱਦਾਂ ਸੋਚਦਾ ਸੀਗਾ ਵੀ ਕਿਉਂ ਨਾ ਆਪਣੇ ਪਿੰਡ ਨੂੰ ਵੀ ਉਹ ਕਰਿਆ ਜਾਵੇ ਜਾਣਿਆ ਜਾਵੇ ਇੱਕ ਹਨਾ ਵੀ ਇਹ ਮੁੰਡੇ ਵੀ ਇੱਕ ਡਿਫਰੈਂਟ ਕਰ ਰਿਹਾ ਦੁਨੀਆ ਤੋਂ ਵੀ ਮੇਰਾ ਮਕਸਦ ਇਹੀ ਹੈ ਵੀ ਵੱਧ ਤੋਂ ਵੱਧ ਲੋਕ ਹੈ ਸਾਡੇ ਪਿੰਡ ਦੇ ਉੱਠਣ ਕਿ ਸਾਡੇ ਪਿੰਡ ਦੇ ਨਹੀਂ ਮਤਲਬ ਕਿ ਸਾਰੇ ਪਿੰਡਾਂ ਦੇ ਲੋਕ ਮੁੰਡੇ ਉੱਠਣ ਨੌਜਵਾਨ ਇਹ ਚੀਜ਼ ਵੱਲ ਆਉਣ ਨਸ਼ਿਆਂ ਅਤੇ ਦੂਜੇ ਕੰਮਾਂ ਨੂੰ ਮਤਲਬ ਛੱਡ ਕੇ ਗਲਤ ਹਨ ਆਪਾਂ ਦੇਖ ਰਹੇ ਹਾਂ ਸਾਹਮਣੇ ਥਰਮਲ ਪਲਾਂਟ ਬਣਿਆ ਹੋਇਆ ਥਰਮਲ ਪਲਾਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਸ ਪਾਸ ਦੇ ਪਿੰਡਾਂ ਨੂੰ ਸਹੂਲਤ ਦਿੱਤੀ ਜਾਣ ਵੀ ਥਰਮਲ ਪਲਾਂਟ ਦੇ ਵੱਲੋਂ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਗਈ ਜਿਹਦੇ ਕਰਕੇ ਤੁਸੀਂ ਇੱਥੇ ਪ੍ਰੈਕਟਿਸ ਕਰ ਸਕੋਗੇ ਜਿੰਮ ਦਾ ਸਮਾਨ ਜਾਂ ਕੁਛ ਵੀ ਅਜਿਹੀ ਸਹੂਲਤ ਜਿਹੜੀ ਤੁਹਾਨੂੰ ਸਪੋਰਟਸ ਦੇ ਵਿੱਚ ਅੱਗੇ ਲੈ ਕੇ ਆਵੇ ਕੋਈ ਸਹੂਲਤ ਦਿੱਤੀ ਗਈ ਹੈ ਨਾ ਜੀ ਹਜੇ ਤੱਕ ਤਾਂ ਕੋਈ ਨਹੀਂ ਕੋਈ ਸਹੂਲਤ ਨਹੀਂ ਮੈਂ ਹਜੇ ਤੱਕ ਸੁਣ ਨੂੰ ਤੁਹਾਡੇ ਕੋਲ ਗੱਲ ਰੱਖੀ ਸੀ ਪਹਿਲਾਂ ਜਦੋਂ ਬਸ ਆਪਣਾ ਕੁਦਰਤੀ ਤੌਰ 'ਤੇ ਕੱਲ੍ਹ ਆਪਣਾ ਮਿਲਾਪ ਹੋਇਆ ਅੱਜ ਵੀ ਸਾਡੀ ਕੈਮਰੇ ਸਾਹਮਣੇ ਗੱਲ ਰੱਖੀ ਬਸ ਇਹੀ ਤੁਹਾਡਾ ਧੰਨਵਾਦ ਕਰਦੇ ਹਾਂ ਧੰਨਵਾਦ ਹੋਰ ਮੈਂ ਆਪਣਾ ਫਰਜ਼ ਸਮਝਦਾ ਹੁਣ ਤੁਸੀਂ ਅੱਗੇ ਜਿਹੜੇ ਆ ਨੌਜਵਾਨ ਸਾਰੇ ਤੁਹਾਡੇ ਨਾਲ ਪ੍ਰੈਕਟਿਸ ਕਰਦੇ ਆ ਇਹ ਕਿਵੇਂ ਤੁਹਾਡੇ ਨਾਲ ਗੇਮ ਦੇ ਵਿੱਚ ਇਹ ਕਿਵੇਂ ਜੁੜ ਗਏ ਇਹ ਜੀ ਬਸ ਸਾਡੇ ਪਿੰਡ ਦੇ ਨੇ ਜੀ ਆਹ ਮੁੰਡਾ ਮਤਲਬ ਕਿ ਬਾਜੇਵਾਲ ਤੋਂ ਹੈਗਾ ਇਹ ਮਤਲਬ ਇੱਥੇ ਮਿਸਤਰੀ ਦਾ ਕੰਮ ਕਰਦੇ ਨੇ ਚੌਕ ਇਹਨਾਂ ਦੇ ਅਤੇ ਅਸੀਂ ਮਤਲਬ ਕਿ ਇੱਥੇ ਭੱਜਣ ਆਉਂਦੇ ਹਾਂਗੇ ਡੇਲੀ ਆਰਮੀ ਤਿਆਰੀ ਕਰਦੇ ਨੇ ਮੁੰਡੇ ਸਾਰੇ ਅਤੇ ਮੈਂ ਇਹਨਾਂ ਨੂੰ ਇਹੀ ਮੋਟੀਵੇਟ ਕਰਦਾ ਹੁੰਦਾ ਵੀ ਆਪਾਂ ਕਿਉਂ ਨਾ ਆਪਾਂ ਡਿਫਰੈਂਟ ਕਰੀਏ ਆਪਾਂ ਵੀ ਮਿਹਨਤ ਕਰੀਏ ਆਪਾਂ ਚੰਗੇ ਪਾਸੇ ਮੈਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਵੀ ਜਿਹੜਾ ਮੈਨੂੰ ਮਿਲਦਾ ਹੈਗਾ ਮੈਂ ਮਤਲਬ ਕਿ ਫੇਸਬੁੱਕ 'ਤੇ ਹੋਗਾ ਇੰਸਟਾ 'ਤੇ ਹੋਗਾ ਮੈਂ ਵੀਡੀਓ ਵੀ ਪਾਉਂਦਾ ਰਹਿੰਦਾ ਹੈਗਾ ਵੀ ਕਿਉਂ ਨਾ ਕੋਈ ਮੋਟੀਵੇਟ ਹੋ ਕੇ ਕੋਈ ਇਸ ਲਾਈਨ ਵੱਲ ਆਵੇ ਜ਼ਿਆਦਾ ਤੋਂ ਜ਼ਿਆਦਾ ਮੈਂ ਬਹੁਤ ਘੱਟ ਪ੍ਰਮੋਸ਼ਨ ਕਰਦਾ ਹੁੰਦਾ ਪਰ ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਤੁਹਾਡਾ ਇੰਸਟਾਗ੍ਰਾਮ ਦਾ ਮੈਨੂੰ ਪੇਜ ਨਾਮ ਦੱਸੋ ਅੰਮ੍ਰਿਤ ਪੀਵੀ ਕੱਤੀ ਅੰਮ੍ਰਿਤ ਪੀਵੀ ਕੱਤੀ ਦੇ ਨਾਂ 'ਤੇ ਇਹਨਾਂ ਨੇ ਪੇਜ ਬਣਾਇਆ ਤੁਸੀਂ ਵੀ ਦੇਖੋ ਬਹੁਤ ਵਧੀਆ ਮੁੰਡਾ ਪ੍ਰੈਕਟਿਸ ਕਰਦਾ ਹੁਣ ਅੰਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਹੋਰ ਜਿਹੜੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿਹੜੇ ਜਿਵੇਂ ਆਪਣੇ ਆਪਾਂ ਪਹਿਲਾਂ ਗੱਲਬਾਤ ਕੀਤੀ ਹੈ ਨਸ਼ੇ ਵਿੱਚ ਬਹੁਤ ਰੁਝਾਨ ਵੱਧ ਰਿਹਾ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨਾਂ ਨੂੰ ਕਿਸ ਪਾਸੇ ਆਉਣਾ ਚਾਹੀਦਾ ਕੀ ਹੈ ਮੈਂ ਤਾਂ ਵੀਰੇ ਇਹੀ ਸੰਦੇਸ਼ ਦਿੰਦਾ ਵੀ ਆਪਾਂ ਕਿਉਂ ਨਾ ਆਪਾਂ ਦੂਜੇ ਕੰਮਾਂ ਨੂੰ ਛੱਡ ਕੇ ਨਾ ਨਸ਼ੇ ਹੋ ਗਏ ਜਿਵੇਂ ਅਤੇ ਇਹ ਗਲਤ ਕੰਮ ਨੂੰ ਛੱਡ ਕੇ ਆਪਾਂ ਇਹ ਚੀਜ਼ ਵੱਲ ਆਈਏ ਆਪਾਂ ਸਰੀਰ ਦੀ ਆਪਣਾ ਮਤਲਬ ਕਿ ਹੋਊਗੀ ਦੇਖਭਾਲ ਕਰੀ
ਵੀ ਆਪਾਂ ਨਸ਼ਿਆਂ ਨੂੰ ਛੱਡ ਕੇ ਵੀ ਹੋਰ ਗਲਤ ਕੰਮਾਂ ਕਰਦੇ। ਹਾਂਜੀ, ਹੋਰ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ। ਸਭ ਤੋਂ ਪਹਿਲਾਂ ਤੁਹਾਡਾ ਨਾਮ ਦੱਸੋ। ਗੁਰਪ੍ਰੀਤ ਸਿੰਘ ਨਾਮ ਹੈ ਬਾਈ ਜੀ ਮੇਰਾ, ਅਤੇ ਮੈਂ ਇਸੇ ਪਿੰਡ ਦਾ ਰਹਿਣ ਵਾਲਾ ਗਾ। ਇਹ ਸਾਰੇ ਮੇਰੇ ਜਿਹੜੇ ਵੀਰ ਨੇ, ਮਤਲਬ ਜੂਨੀਅਰ ਉਮਰ ਦੇ ਵਿੱਚ ਵੀ ਛੋਟੇ ਨੇ ਮੇਰੇ ਤੋਂ। ਮੈਂ ਮਤਲਬ ਨਾ ਮੈਡ ਪਰਸਨ ਹੈ, ਇੱਕ ਜੋਬ ਕਰਦਾ ਸੀਗਾ। ਮੈਂ ਜੋਬ ਕਰਦਾ ਹੈਗਾ, ਇਸ ਟਾਈਮ ਵੀ ਜੋਬ ਦੇ ਉੱਤੇ ਲੱਗਿਆ ਹੋਇਆਗਾ, ਪਰ ਮੈਂ ਸਿਹਤ ਵਾਲੇ ਪੱਖੋਂ ਥੋੜ੍ਹਾ ਜਿਹਾ ਵੀਕ ਸੀਗਾ। ਫਿਟਨੈਸ ਨਹੀਂ ਸੀ ਮੇਰੀ ਪ੍ਰੋਪਰ, ਮੈਂ ਮਤਲਬ ਫਿਟਨੈਸ ਵਾਲੀ ਸਾਈਡ ਤੋਂ ਵੀਕ ਸੀ ਥੋੜ੍ਹਾ ਜਿਹਾ। ਮੈਂ ਜਿਵੇਂ ਮਤਲਬ ਇਹਨਾਂ ਮੁੰਡਿਆਂ ਨੂੰ ਡੇਲੀ ਦੇਖਦਾ ਆਪਦੇ, ਮਤਲਬ ਇੱਧਰ ਸੂਏ ਕੰਨੀ ਭੱਜਣ ਆਉਂਦੇ ਉਦੋਂ, ਜਾਂ ਵਰਕਆਊਟ ਕਰਦੇ ਆਪਦਾ ਜਾਂ ਐਕਸਰਸਾਈਜ਼ ਕਰਦੇ, ਅਤੇ ਦੇਖ ਕੇ ਮੈਂ ਵੀ ਇਹਨਾਂ ਵੱਲ ਮੋਟੀਵੇਟ ਹੋਇਆ ਵੀ ਬਹੁਤ ਵਧੀਆ ਚੀਜ਼ ਹੈ ਇੱਕ, ਵੀ ਜਿਵੇਂ ਮੈਂ ਮੋਟੀਵੇਟ ਹੋਇਆਗਾ ਮੇਰੇ ਮਤਲਬ ਜਿਵੇਂ ਵੀਰ ਨੇ ਛੋਟੇ ਉਮਰ ਦੇ ਵਿੱਚੋਂ, ਮੈਂ ਕਾਫੀ ਸਾਲ ਵੱਡਾ ਇਹਨਾਂ ਤੋਂ, ਵੀ ਜਿਸ ਤਰ੍ਹਾਂ ਮੈਂ ਮੋਟੀਵੇਟ ਹੋਇਆ ਵੀਰ ਜੀ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਮੇਰੇ ਵਰਗੇ ਜਿਹੜੇ ਹੋਰ ਮਤਲਬ ਮੁੰਡੇ ਨੇ ਜਾਂ ਨੌਜਵਾਨ ਨੇ ਗੇ, ਜਿਹੜੇ ਆਪਦੇ ਜੋਬਾਂ ਦੇ ਵਿੱਚ ਬੀਜੀ ਨੇ, ਪੈਸਾ ਕਮਾਉਣ ਦੇ ਵਿੱਚ ਬੀਜੀ ਨੇ, ਵੀ ਉਹਨਾਂ ਨੂੰ ਇੱਕ ਮਤਲਬ ਸੇਧ ਮਿਲੇ ਇਹ ਚੀਜ਼ ਨੂੰ ਲੈ ਕੇ ਵੀ ਉਹ ਆਪਦਾ ਪੈਸੇ ਵਾਲੀ ਸਾਈਡ, ਮਤਲਬ ਆਰਥਿਕ ਲਾਭ ਪ੍ਰਾਪਤ ਕਰਨ ਵਾਲੀ ਸਾਈਡ ਉੱਧਰ ਜ਼ਿਆਦਾ ਮਤਲਬ ਉਹਨਾਂ ਧਿਆਨ ਆ। ਪਰ ਮੇਨ ਜਿਹੜੀ ਚੀਜ਼ ਹੈ, ਜਿਵੇਂ ਆਪਣੇ ਅੰਮ੍ਰਿਤਪਾਲ ਸਿੰਘ ਬਾਈ ਜੀ ਨੇ ਕਿਹਾ ਸੀਗਾ ਵੀ ਫਿਟਨੈਸ ਹੈਗੀ, ਲੋਕ ਫਿਟਨੈਸ ਨੂੰ ਤਰਸਣਗੇ। ਇਹ ਬਾਈ ਜੀ ਸਹੀ ਗੱਲ, ਆਉਣ ਵਾਲੇ ਟਾਈਮ ਬਹੁਤ ਮਤਲਬ ਜਲਦੀ ਆਊਗਾ ਇਹ, ਵੀ ਜਦੋਂ ਲੋਕ ਫਿਟਨੈਸ ਨੂੰ ਤਰਸਣਗੇ, ਪੈਸਾ ਆਊਗਾ ਲੋਕਾਂ ਕੋਲ, ਹੋਰ ਸਹੂਲਤਾਂ ਆਉਣੀਆਂ, ਪਰ ਫਿਟਨੈਸ ਨਹੀਂ ਹੋਣੀ ਬਾਈ ਜੀ। ਮੈਂ ਇਹੀ ਕਹਿਣਾ ਚਾਹੁੰਦਾ ਆਖਰ ਦੇ ਵਿੱਚ ਦੁਬਾਰਾ ਫਿਰ, ਵੀ ਜੇ ਮੈਂ ਮੋਟੀਵੇਟ ਹੋਇਆ ਬਾਈ ਜੀ, ਰਿਕੁਐਸਟ ਹੀ ਹੈ ਮੇਰੇ ਵਰਗੇ ਹੋਰ ਸੀਨੀਅਰ ਵੀਰਾਂ ਨੂੰ ਜੋ ਕਿ ਮਤਲਬ ਮੇਰੇ ਵਾਂਗੂ ਜੋਬ ਕਰਦੇ ਨੇ ਕਿਤੇ, ਜਾਂ ਆਪਦਾ ਮਤਲਬ ਹੋਰ ਕੰਮ ਧੰਦਿਆਂ ਵਿੱਚ, ਆਪਦੇ ਕੰਮ ਧੰਦਿਆਂ ਵਿੱਚ ਰੁੱਝੇ ਹੋਏ ਨੇ, ਵੀ ਉਹ ਵੀ ਆਪਦਾ ਇਸ ਚੀਜ਼ ਵੱਲ ਮੋਟੀਵੇਟ ਹੋਣ, ਅਤੇ ਆਪਦਾ ਡੇਲੀ ਮਤਲਬ ਐਕਸਰਸਾਈਜ਼ ਫਿਟਨੈਸ ਆਪਦਾ ਬਣਾਈ ਰੱਖਣ, ਐਕਸਰਸਾਈਜ਼ ਲਗਾਉਣ, ਠੀਕ ਹੈ ਜੀ, ਅਤੇ ਆਪਦੀ ਮਤਲਬ ਫਿਟਨੈਸ ਵੱਲ ਧਿਆਨ ਦੇਣ। ਧੰਨਵਾਦ ਜੀ। ਸੋ ਮੈਂ ਇੱਕ ਵਾਰ ਫਿਰ ਦੱਸਦਿਆਂ, ਇਹਨਾਂ ਦੇ ਕਹਿਣ 'ਤੇ ਜਿਹੜਾ ਅਸੀਂ ਦੋਵਾਂ ਸਰਪੰਚਾਂ ਦੇ ਨਾਲ ਰਾਪਰ ਦੇ ਗੁਰਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਸੀ। ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਜਿਹੜਾ ਜਿੰਮ ਦਾ ਸਮਾਨ, ਉਹਨਾਂ ਨੇ ਪਹਿਲਾਂ ਵੀ ਓਪਨ ਜਿੰਮ ਲਈ ਉਹਨਾਂ ਨੇ ਲਗਵਾਈ ਹੋਈ ਹੈ ਸਕੂਲ ਦੇ ਵਿੱਚ, ਪਰ ਹੁਣ ਜਿਹੜਾ ਬਾਕੀ ਜਿੰਮ ਦਾ ਸਮਾਨ ਉਹ ਲੈ ਕੇ ਦੇਣਗੇ, 2-3 ਦਿਨਾਂ ਦੇ ਵਿੱਚ ਹੀ ਪ੍ਰਬੰਧ ਕਰ ਦਿੱਤਾ ਜਾਊਗਾ। ਬਹੁਤ ਬਹੁਤ ਧੰਨਵਾਦ ਕਰ ਰਹੇ ਜਿਹੜੇ ਸਰਪੰਚ ਵੀ ਬਹੁਤ ਸਾਡਾ ਸਾਥ ਦਿੰਦੇ ਆ, ਅਤੇ ਸਾਡੇ ਇੱਕ ਵਾਰ ਕਹਿਣ 'ਤੇ ਉਹਨਾਂ ਨੇ ਸਿਰਫ 2 ਦਿਨਾਂ ਦੇ ਵਿੱਚ ਸਾਰਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਲਈ ਹੈ। ਸੋ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਵੱਲੋਂ ਵੀ, ਸਾਡੇ ਚੈਨਲ ਵੱਲੋਂ ਵੀ ਇਹੀ ਸੁਨੇਹਾ ਦੇਵਾਂਗੇ ਸਾਡੇ ਨੌਜਵਾਨਾਂ ਨੂੰ ਜਿਹੜੇ ਵੀ ਦੇਖ ਰਹੇ ਸਾਨੂੰ ਇਸ ਵੀਡੀਓ ਦੇ ਜ਼ਰੀਏ, ਕਿ ਇਸ ਤਰ੍ਹਾਂ ਬਣੋ। ਸੋ ਬਹੁਤ ਬਹੁਤ ਧੰਨਵਾਦ। ਅਗਲੀ ਵਾਰ ਫਿਰ ਨਵੀਂ ਵੀਡੀਓ ਨਾਲ ਮਿਲਾਂਗੇ। ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।